ਲੰਬੇ ਸਮੇਂ ਤੋਂ ਵਿਵਾਦਾਂ ਦੇ ਵਿੱਚ ਘਿਰੀ ਮੈਕਸਿਮਮ ਸਿਕਿਉਰਿਟੀ ਜ਼ਿਲ੍ਹਾ ਜੇਲ੍ਹ 'ਚ ਬੰਦ ਖਤਰਨਾਕ ਗੈਂਗਸਟਰ ਰਾਜੀਵ ਕੁਮਾਰ ਉਰਫ ਰਾਜਾ ਇਸ ਸਮੇਂ ਜੇਲ੍ਹ ਦੇ ਅੰਦਰ ਅਤੇ ਬਾਹਰ ਗ੍ਰਹਿ ਮੰਤਰਾਲੇ ਪੁਲਿਸ ਜੇਲ੍ਹ ਵਿਭਾਗ ਦੀ ਖੁਫੀਆ ਏਜੰਸੀਆਂ ਦੇ ਲਈ ਮੁਸੀਬਤ ਬਣਿਆ ਹੋਇਆ ਹੈ। ਕੋਤਵਾਲੀ ਪੁਲਿਸ ਨਾਭਾ ਨੇ 11 ਦਿਨ ਪਹਿਲਾਂ ਰਾਜਾ ਖਿਲਾਫ ਜੇਲ੍ਹ 'ਚ ਕਾਰੋਬਾਰੀਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਠੱਗੀਆਂ ਮਾਰਨ ਦਾ ਗੈਂਗ ਚਲਾਉਣ ਦੇ ਦੋਸ਼ 'ਚ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਸੀ। ਆਮ ਤੌਰ ਤੇ ਬਿਹਾਰ ਯੂਪੀ 'ਚ ਤਾਂ ਅਜਿਹੇ ਮਾਮਲੇ ਸਾਹਮਣੇ ਆਉਂਦੇ ਹੀ ਰਹਿੰਦੇ ਹਨ, ਪਰ ਪੰਜਾਬ ਦੇ ਵਿੱਚ ਲੋਕਾਂ ਨੂੰ ਧਮਕਾ ਕੇ ਠੱਗੀਆਂ ਮਾਰਨ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਅਨੁਸਾਰ ਗੈਂਗਸਟਰ ਦੇ ਸਿਆਸਤਦਾਨਾਂ ਨਾਲ ਵੀ ਸਬੰਧ ਹੋ ਸਕਦੇ ਹਨ, ਕਿਉਂਕਿ ਸੂਬੇ ਦੀਆਂ ਵੱਖ ਵੱਖ ਜੇਲ੍ਹਾਂ ਦੇ ਵਿੱਚ ਰਹਿਣ ਸਮੇਂ ਇਹ ਖਤਰਨਾਕ ਗੈਂਗਸਟਰ ਧੜਲੇ ਨਾਲ ਮੋਬਾਈਲ ਇਸਤੇਮਾਲ ਕਰਦਾ ਰਿਹਾ ਹੈ। ਸਿਆਸੀ ਹਲਕਿਆਂ ਦੇ ਵਿੱਚ ਚਰਚਾ ਹੈ ਕਿ ਜੇਕਰ ਰਾਜਾ ਮਾਮਲੇ ਦੀ ਜਾਂਚ NIA ਕਰੇ ਤਾਂ ਸਨਸਨੀਖੇਜ ਖੁਲਾਸੇ ਸੰਭਵ ਹਨ। ਮਿਲੀ ਜਾਣਕਾਰੀ ਅਨੁਸਾਰ ਗੈਂਗਸਟਰ ਰਾਜਾ ਖਿਲਾਫ ਪਹਿਲਾ ਪੁਲਿਸ ਕੇਸ 21 ਅਪ੍ਰੈਲ 2003 ਨੂੰ ਧਾਰਾ 379-411 IPC ਅਧੀਨ ਲੁਧਿਆਣਾ ਦੇ ਵਿੱਚ ਦਰਜ ਹੋਇਆ ਸੀ। ਕੁਝ ਦਿਨਾਂ ਬਾਅਦ ਹੋਏ ਇੱਕ ਬੰਬ ਧਮਾਕੇ ਦੀ ਸਾਜਿਸ਼ ਰਚਣ ਦੇ ਦੋਸ਼ 'ਚ ਰਾਜੀਵ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਹ ਮਾਮਲਾ 12 ਮਈ 2006 ਨੂੰ ਦਰਜ ਹੋਇਆ ਹੈ। ਇਸ ਕੇਸ ਦੇ ਅੰਡਰ ਟ੍ਰਾਇਲ ਦੌਰਾਨ ਰਾਜਾ 4 ਸਾਲ 1 ਮਹੀਨਾ 5 ਦਿਨ ਅਤੇ ਸਜ਼ਾ ਸੁਣਾਏ ਜਾਣ ਤੋਂ ਬਾਅਦ 9 ਸਾਲ 5 ਮਹੀਨੇ 20 ਦਿਨ ਸਲਾਖਾਂ ਪਿੱਛੇ ਰਿਹਾ। ਰਾਜੀਵ ਰਾਜਾ ਖਿਲਾਫ ਵੱਖ ਵੱਖ ਥਾਣਿਆਂ ਦੇ ਵਿੱਚ 28 ਤੋਂ ਵੱਧ ਮਾਮਲੇ ਦਰਜ ਹਨ ਅਤੇ ਕੁਝ ਕੇਸਾਂ ਦੇ ਵਿੱਚ ਸਜ਼ਾ ਵੀ ਸੁਣਾਈ ਗਈ। ਪਰ ਇਹਨਾਂ ਸਮਿਆਂ ਦੇ ਵਿੱਚ ਜੋ 11 ਦਿਨ ਪਹਿਲਾਂ ਰਾਜੀਵ ਰਾਜਾ ਦੇ ਖਿਲਾਫ ਕਾਰੋਬਾਰੀਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਠੱਗੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ, ਇਸ ਨੂੰ ਦੇਖਣ ਤੋਂ ਬਾਅਦ ਸਾਫ਼ ਪਤਾ ਲੱਗਦਾ ਹੈ ਕਿ ਰਾਜੀਵ ਰਾਜਾ ਇਸ ਸਮੇਂ ਭਾਵੇਂ ਜੇਲ੍ਹ ਦੇ ਵਿੱਚ ਹਨ, ਪਰ ਉਹਨਾਂ ਨੂੰ ਜੇਲ੍ਹ ਦੇ ਪਿੱਛੇ ਰੱਖਣ ਦੇ ਵਿੱਚ ਵੀ ਪੁਲਿਸ ਜਾਂ ਫਿਰ ਪ੍ਰਸ਼ਾਸਨ ਉਹਨਾਂ ਦੀ ਸਹਾਇਤਾ ਕਰ ਰਿਹਾ ਹੈ, ਕਿਉਂਕਿ ਲਗਾਤਾਰ ਖਾਸ ਤੌਰ ਤੇ ਨਾਭਾ ਜੇਲ੍ਹ ਦੇ ਵਿੱਚ ਗੈਂਗਸਟਰਾਂ ਕੋਲੋਂ ਮੋਬਾਈਲ ਫੋਨ ਬਰਾਮਦ ਹੋ ਰਹੇ ਹਨ, ਜਿਸ ਤੋਂ ਬਾਅਦ ਇਹ ਸਾਬਿਤ ਹੁੰਦਾ ਹੈ ਕਿ ਇੰਨੀ ਹਾਈ ਸਿਕਿਉਰਿਟੀ ਹੋਣ ਤੋਂ ਬਾਅਦ ਵੀ ਜੇਕਰ ਗੈਂਗਸਟਰਾਂ ਦੇ ਕੋਲ ਮੋਬਾਈਲ ਫੋਨ ਬਰਾਮਦ ਹੁੰਦੇ ਹਨ ਤਾਂ ਇਸ ਦੇ ਪਿੱਛੇ ਸਭ ਤੋਂ ਵੱਡਾ ਸਵਾਲੀਆ ਚਿੰਨ ਉੱਥੇ ਮੌਜੂਦ ਪੁਲਿਸ ਪ੍ਰਸ਼ਾਸਨ ਤੇ ਹੁੰਦਾ ਹੈ। ਅਤੇ ਨਾਲ ਹੀ ਹੁਣ ਰਾਜਾ ਦੇ ਨਾਲ ਜੁੜੀ ਹੋਈ ਇਹ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਪਤਾ ਲੱਗ ਰਿਹਾ ਹੈ ਕਿ ਜੋ ਗੈਂਗਸਟਰ ਜੇਲ੍ਹ 'ਚ ਬੈਠੇ ਹੋਇਆ ਵੀ ਲੋਕਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ ਅਤੇ ਉਹਨਾਂ ਦੇ ਖਿਲਾਫ ਇੱਕ ਗੈਂਗ ਤਿਆਰ ਕਰ ਰਿਹਾ ਹੋਵੇ, ਉਸ ਨੂੰ ਸਾਫ਼ ਤੌਰ ਤੇ ਆਜ਼ਾਦੀ ਮਿਲੀ ਹੋਈ ਹੈ ਇਸ ਤਰ੍ਹਾਂ ਦੇ ਗਰੁੱਪ ਬਣਾਉਣ ਦੇ ਵਿੱਚ। ਫਿਲਹਾਲ ਤੁਹਾਨੂੰ ਇਸ ਖਬਰ ਨੂੰ ਦੇਖਣ ਤੋਂ ਬਾਅਦ ਕੀ ਲੱਗਦਾ ਹੈ ਕਿ ਵਾਕਈ ਇਸ ਸਮੇਂ ਪ੍ਰਸ਼ਾਸਨ ਢਿੱਲ ਵਰਤ ਰਿਹਾ ਹੈ ਗੈਂਗਸਟਰਾਂ ਨੂੰ ਲੈ ਕੇ? ਆਪਣੇ ਵੱਲੋਂ ਆਪਣੇ ਕਮੈਂਟ ਕੀ ਦੇਣਾ ਚਾਹੁੰਦੇ ਇਸ ਖਬਰ ਦੇ ਲਈ, ਆਪਣੇ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ।